ਸਵੇਰ ਦੇ 4:50 ਹੋਏ ਨੇ ਅਤੇ ਘਰ ਤੋਂ ਚੱਲੇ ਹਾਂ ਅਸੀਂ ਵਾਇਆ ਸ਼੍ਰੀਨਗਰ ਲੇਹ ਲਦਾਖ। ਕੋਸ਼ਿਸ਼ ਇਹ ਰਹੇਗੀ ਕਿ ਮਨਾਲੀ ਤੋਂ ਵਾਪਸ ਥੱਲੇ ਨੂੰ ਉਤਰੀਏ, ਬਾਕੀ ਜਿਸ ਤਰ੍ਹਾਂ ਵੀ ਗੁਰੂ ਸਾਹਿਬ ਨੂੰ ਮਨਜ਼ੂਰ ਹੋਏਗਾ ਉਸ ਤਰ੍ਹਾਂ ਹੀ ਹੋਏਗਾ। ਰਸਤੇ ਵਿੱਚ ਤੁਹਾਨੂੰ ਸਭ ਕੁਝ ਦਿਖਾਵਾਂਗੇ ਜੀ, ਚੱਲਦੇ ਹਾਂ ਨਾਲ ਨਾਲ ਦੇਖਦੇ ਹਾਂ ਸਭ ਕੁਝ। ਅੰਮ੍ਰਿਤਸਰ ਸਾਹਿਬ ਪਹੁੰਚ ਗਏ ਹਾਂ, 6 ਵਜੇ ਆ ਤੇ ਕਲੋਜ਼ਸ ਔਨ ਨੈਸ਼ਨਲ ਹਾਈਵੇ 3 ਐਂਡ ਔਨ ਨੈਸ਼ਨਲ ਹਾਈਵੇ 54। ਯੂ ਆਰ ਔਨ ਦਾ ਫਾਸਟੈਸਟ ਰੂਟ, ਯੂ ਵਿਲ ਅਰਾਈਵ ਐਟ 7:57 AM। ਰਸਤੇ 'ਚ ਕੁਝ ਰੁਕੇ ਵੀ ਸੀ, ਆ ਗੋਲਡਨ ਗੇਟ ਅੰਮ੍ਰਿਤਸਰ ਸਾਹਿਬ, ਆ ਪਠਾਨਕੋਟ ਦਾ ਰਸਤਾ ਜੀ, ਲਖਨਪੁਰ ਬਾਰਡਰ ਆ ਗਿਆ ਜੀ। ਦੇਖਦੇ ਆ ਹੁਣ ਅੱਗੇ, ਤੁਹਾਨੂੰ ਅੱਗੇ ਥੋੜ੍ਹਾ ਜਿਹਾ ਕੱਢ ਕੇ ਦਿਖਾਉਣੇ ਆ। ਲਖਨਪੁਰ ਬਾਰਡਰ ਨਿਕਲਾ ਹਾਂ ਅਤੇ ਜੰਮੂ ਕਸ਼ਮੀਰ ਵਿੱਚ ਐਂਟਰੀ ਹੋ ਗਈ ਹੈ ਸਾਡੀ, ਅਤੇ ਸੜਕ ਆ 4 ਲੇਨ ਜਿਹੜੀ ਹੈ ਕਿਤੇ ਬਣਦੀ ਪਈ ਹੈ ਕਿਤੇ ਬਣੀ ਹੋਈ ਹੈ, ਇਸ ਤਰ੍ਹਾਂ ਹੀ ਹੈ, ਬਸ ਕਦੇ ਇੱਧਰ ਹੋ ਗਏ ਕਦੇ ਉੱਧਰ ਹੋ ਗਏ। ਅਤੇ ਹੌਲੀ ਹੌਲੀ ਹੁਣ ਮੇਰੇ ਖਿਆਲ ਇੱਥੋਂ ਹੁਣ ਦਿਖਾ ਰਿਹਾ 13 ਕਿਲੋਮੀਟਰ ਤੋਂ ਊਧਮਪੁਰ ਵਾਲੇ ਰੋਡ ਤੋਂ ਹੁਣ ਜਾਵਾਂਗੇ ਆਪਾਂ, ਊਧਮਪੁਰ ਜਾ ਕੇ ਫਿਰ ਜੰਮੂ ਵਾਲਾ ਸ਼੍ਰੀਨਗਰ ਵਾਲਾ ਜਿਹੜਾ 4 ਲੇਨ ਹਾਈਵੇ ਆਪਾਂ ਨੂੰ ਉਹ ਮਿਲ ਜਾਏਗਾ, ਕਿਉਂਕਿ ਜੰਮੂ ਨਹੀਂ ਜਾਣਾ ਪਏਗਾ ਫਿਰ ਆਪਾਂ, ਅਤੇ ਊਧਮਪੁਰ ਜਾ ਕੇ ਉਸ ਹਾਈਵੇ 'ਤੇ ਚੜਾਂਗੇ। ਸੜਕ ਜੰਮੂ ਤੱਕ ਬੜੀ ਖਰਾਬ ਹੈ ਅਤੇ ਟੋਟਲ ਸਾਰੀ ਸੜਕ ਬਣ ਰਹੀ ਹੈ, ਅਤੇ ਵੈਸੇ ਰਸਤਾ ਵਿੱਚ ਦੀ ਵੀ ਜਾਂਦਾ ਸੀ ਸਿੱਧਾ ਊਧਮਪੁਰ ਨੂੰ, ਪਰ ਉਹ ਉੱਥੇ ਕੁਝ ਪ੍ਰੋਬਲਮ ਹੋਣ ਕਰਕੇ ਸਾਨੂੰ ਇੱਧਰ ਜੰਮੂ ਵੱਲ ਪਾਇਆ ਗਿਆ, ਅਤੇ ਔਖਾ ਹੀ ਸੀ ਕੰਮ, ਲੇਟ ਆ ਖੈਰ, ਪਰ ਫਿਰ ਵੀ ਜਾਣਾ ਤਾਂ ਪੈਣਾ ਹੀ ਹੈ ਜੀ ਜਿਹੜਾ ਵੀ ਰਸਤਾ ਹੈ। ਅਤੇ ਆਹ ਹੁਣ ਬਾਈਪਾਸ ਨਿਕਲਣ ਲੱਗਿਆ ਜੰਮੂ ਦਾ, ਇਸ ਤੋਂ ਬਾਅਦ ਫਿਰ ਊਧਮਪੁਰ ਵਾਲੇ ਰਸਤੇ 'ਤੇ ਚੜਾਂਗੇ ਜੀ। ਅੱਜ ਚੱਲੇ ਹਾਂ ਜੰਮੂ ਕਸ਼ਮੀਰ, ਜੰਮੂ ਕਸ਼ਮੀਰ ਦੇ ਨਾਲ ਲੇਹ ਲਦਾਖ। ਤੁਸੀਂ ਵੇਖ ਰਹੇ ਹੋ ਪਿੱਛੇ ਪਹਾੜ ਜਿਹੜੇ ਤੁਹਾਨੂੰ ਨਜ਼ਰ ਆ ਰਹੇ ਨੇ, ਇਹ ਅਸੀਂ ਜੰਮੂ ਤੋਂ ਅੱਗੇ ਊਧਮਪੁਰ ਵੱਲ ਐਂਟਰੀ ਕਰ ਲਈ ਹੈ। ਜਿਹੜਾ ਰਸਤਾ ਰਸਤੇ 'ਚ ਊਧਮਪੁਰ ਨੂੰ ਜਾਂਦਾ ਉਹ ਅੱਜ ਬੰਦ ਕੀਤਾ ਸੀ ਕਿਸੇ ਕਾਰਨ, ਸਾਨੂੰ ਜੰਮੂ ਵਿੱਚ ਦੀ ਹੋ ਕੇ ਜਾਣਾ ਪਿਆ। ਹੁਣ ਤੁਹਾਨੂੰ ਲੈ ਕੇ ਚੱਲਾਂਗੇ ਅੱਗੇ, ਅੱਜ ਕੋਸ਼ਿਸ਼ ਨਾਲ ਇਹ ਵੀ ਕਰਾਂਗੇ ਕਿ ਲੇਹ ਲਦਾਖ ਦੇ ਸਟੂਰ ਦੇ ਨਾਲ ਨਾਲ ਜੋ ਇਤਿਹਾਸਿਕ ਗੁਰਦੁਆਰੇ ਨੇ ਆਪਣੇ, ਉਹਨਾਂ ਦੇ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ। ਨਾਲ ਬਣੇ ਰਹੋ ਸਾਡੇ ਨਾਲ ਇਸ ਟੂਰ ਦੇ ਵਿੱਚ, ਇੱਕ ਦਿਨ ਦਾ ਇੱਕ ਐਪੀਸੋਡ ਬਣਾਵਾਂਗੇ, ਜ਼ਿਆਦਾ ਲੰਬਾ ਨਹੀਂ ਕਰਾਂਗੇ, 15-20 ਮਿੰਟ ਤੱਕ ਹੀ ਕਰਾਂਗੇ, ਅਤੇ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਆਓ ਚੱਲਦੇ ਹਾਂ ਲੇਹ ਲਦਾਖ, ਇਹ ਵੀ ਕੋਸ਼ਿਸ਼ ਹੋਏਗੀ ਕਿ ਜਾ ਰਹੇ ਹਾਂ ਜੰਮੂ ਵੱਲ ਦੀ ਅਤੇ ਵਾਪਸ ਮਨਾਲੀ ਵੱਲ ਦੀ ਉਤਰਾਂਗੇ ਜੀ। ਜਾ ਰਹੇ ਹਾਂ ਆਪਣੀ ਇਸ ਗੱਡੀ 'ਤੇ, i20 ਹੈ, ਅਤੇ ਇਹ ਵੀ ਤੁਹਾਨੂੰ ਦੱਸਾਂਗੇ ਇਹਦੀ ਪਰਫੋਰਮੈਂਸ ਕੀ ਹੈ, ਇਹ ਗੱਡੀਆਂ 'ਤੇ ਜਾਣਾ ਸੇਫ ਹੈ ਜਾਂ ਨਹੀਂ ਸੇਫ, ਇਹ ਚੜ੍ਹਾਈ 'ਤੇ ਗੱਡੀਆਂ ਕਿਸ ਤਰ੍ਹਾਂ, ਇਹ ਪੈਟਰੋਲ ਕਿੰਨਾ, ਖਰਚਾ ਕਿੰਨਾ, ਇਹ ਸਾਰੀਆਂ ਗੱਲਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਜੀ। ਪਹਿਲੀ ਟਨਲ ਜਿਹੜੀ ਹੈ ਉਹ ਆ ਰਹੀ ਹੈ ਕਸ਼ਮੀਰ ਨੂੰ ਜਾਂਦਿਆਂ, ਬੇਟਾ ਉੱਧਰ ਦਿਖਾਓ ਟਨਲ ਦਿਖਾਓ, ਇਹ ਛੋਟੀ ਟਨਲ ਹੈ, ਇਸ ਤੋਂ ਅੱਗੇ ਫਿਰ ਵੱਡੀਆਂ ਟਨਲ ਵੀ ਆਉਣਗੀਆਂ।
ਤੋਂ ਬਾਅਦ ਇੱਕ ਆ ਤੀਜੀ ਟਨਲ ਆ ਗਈ ਨਾਲੇ ਨਾਲ ਹੀ, ਤੇ ਇਹ ਤੋਂ ਬਾਹਰ ਨਿਕਲਦੇ ਇੱਕ ਚੌਥੀ ਹੋਰ ਅੱਗੇ ਦਿਸ ਰਹੀ ਹੈ ਟਨਲ, ਦੇਖਿਓ। ਇਹ ਟਨਲ ਜੰਮੂ ਨਿਕਲਦਿਆਂ ਦੇ ਨਾਲ ਹੀ ਸ਼ੁਰੂ ਹੋ ਜਾਂਦੀਆਂ। ਆਹ ਟਨਲ ਕੁਛ ਵੱਡੀ ਲੱਗ ਰਹੀ ਹੈ, ਲੰਬੀ ਆ ਟਨਲ। ਟਨਲ ਵੀ ਲੰਬੀ ਹੈ ਤੇ ਚੜ੍ਹਾਈ ਵੀ ਆ, ਗੱਡੀ ਦੱਸ ਰਹੀ ਹੈ ਵੀ ਅੱਗੇ ਚੜ੍ਹਾਈ ਹੈ। ਬਾਅਦ ਇੱਕ ਚਾਰ ਟਨਲ ਲਗਾਤਾਰ ਨਾਲ ਨਾਲ ਆਈਆਂ ਜੀ। ਇਹ ਨਵਾਂ ਜਿਹੜਾ ਰੋਡ ਬਣਿਆ ਹੈ, ਇੱਕ ਪਹਿਲਾਂ ਪਤਨੀਟਾਪ ਵਾਲਾ ਸੀਗਾ, ਉਸ ਤੋਂ ਬਾਅਦ ਇਹ ਨਵਾਂ ਰੋਡ ਬਣਿਆ ਹੈ। ਇੱਥੇ ਟਨਲ ਹੈ ਮੇਰੇ ਖਿਆਲ 7-8 ਕਿਲੋਮੀਟਰ ਲੰਮੀ, ਅਤੇ ਟਨਲ ਕਰਕੇ ਇੱਥੇ ਜਿਹੜਾ ਉਹ ਟੋਲ ਵੀ ਲੱਗਦਾ ਹੈ, ਅਤੇ ਆਪਾਂ ਟੋਲ ਦੇ ਰਹੇ ਹਾਂ, ਅਤੇ ਟੋਲ ਦੇਣ ਤੋਂ ਬਾਅਦ ਫਿਰ ਤੁਹਾਨੂੰ ਜਿਹੜਾ ਟਨਲ ਹੈ ਨਾ ਉਹ ਦਿਖਾਵਾਂਗੇ ਆਪਾਂ। ਜਿਹੜੀ ਟਨਲ ਦੀ ਗੱਲ ਤੁਹਾਡੇ ਨਾਲ ਕਰ ਰਹੇ ਸੀ, ਇਹ ਉਹ ਟਨਲ ਹੈ, ਕਾਫੀ ਲੰਬੀ ਕਹਿੰਦੇ ਆ, ਕਿੰਨੀ ਕੁ ਆ ਸ਼ਾਇਦ ਬਾਹਰ ਲਿਖਿਆ ਹੋਵੇ। ਪਹਿਲਾ ਰਸਤਾ ਮੈਂ ਦੁਬਾਰਾ ਦੱਸ ਦਿਆਂ, ਪਤਨੀਟੋਪ ਤੋਂ ਹੋ ਕੇ ਜਾਂਦਾ ਸੀ। ਇਹ ਟਨਲ ਸਿੱਧੀ ਗੱਡੀ ਇਹਨਾਂ ਨੇ ਕਾਫੀ ਲੰਬੀ, ਅਤੇ ਕਾਫੀ ਜ਼ਿਆਦਾ ਰਸਤਾ ਜਿਹੜਾ ਹੈ ਉਹ ਸ਼ੋਰਟ ਹੋ ਜਾਂਦਾ ਇਹਦੇ ਨਾਲ, ਅਤੇ ਕੁਝ ਦੇਰ ਤੱਕ ਤੁਹਾਨੂੰ ਦਿਖਾਉਣੇ ਆ ਟਨਲ ਕਿੰਨੀ ਆ। ਰੱਬ ਚਲਾਈ ਰੱਖੀ ਨਾਲ ਨਾਲ। ਕਈ ਵਾਰ ਇਸੇ ਟਨਲ ਦੇ ਉਹ ਪਹਿਲਾਂ ਜਾਮ ਲੱਗ ਜਾਂਦਾ, ਕਾਫੀ ਲੰਬਾ ਜਾਮ ਲੱਗਦਾ ਹੈ, ਅਤੇ ਲੋਕ ਦੁਬਾਰਾ ਪਤਨੀਟੋਪ ਵਾਲਾ ਜਿਹੜਾ ਰੋਡ ਹੈ ਨਾ ਘੁੰਮ ਘੁੰਮਾ ਕੇ ਆਉਣ ਵਾਲਾ, ਉੱਧਰ ਨੂੰ ਹੋ ਜਾਂਦੇ ਆ ਲੋਕ। ਹੁਣ ਅਮਰਨਾਥ ਯਾਤਰਾ ਸ਼ੁਰੂ ਹੋ ਗਈ ਹੈ, ਅਤੇ ਅਮਰਨਾਥ ਯਾਤਰਾ ਸ਼ੁਰੂ ਹੋਣ ਕਰਕੇ ਹੁਣ ਕੌਨਵੇ ਜਿਹੜੇ ਆ ਇੱਕ ਪਾਸਿਓਂ ਚੱਲ ਰਹੇ ਆ। ਕੱਲ੍ਹ ਅਸੀਂ ਪਤਾ ਕੀਤਾ ਸੀ ਚੰਗੀ ਤਰ੍ਹਾਂ, ਅੱਜ ਸਵੇਰੇ 7 ਵਜੇ ਤੋਂ ਲੈ ਕੇ, ਅੱਜ 3 ਮਈ 2024 ਹੈ, ਸਵੇਰੇ 7 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜਾ ਕੌਨਵੇ ਸੀ ਅੱਜ ਉਹ ਜੰਮੂ ਵੱਲੋਂ ਵਾਲੇ ਪਾਸਿਓਂ ਚੱਲਣਾ ਸੀ, ਮਤਲਬ 7 ਵਜੇ ਤੋਂ ਚੱਲ ਕੇ ਅਤੇ 3 ਵਜੇ ਤੱਕ ਸ਼ਾਮ ਤੱਕ ਲਗਾਤਾਰ। ਇਸ ਕਰਕੇ ਨਾ ਇਸ ਰੂਟ 'ਤੇ ਅੱਜ ਟ੍ਰੈਫਿਕ ਘੱਟ ਹੈ, ਅਤੇ ਅਸੀਂ ਬੜੇ ਆਰਾਮ ਨਾਲ ਜਿਹੜਾ ਉਹ ਆ ਰਹੇ ਹਾਂ ਜੀ। ਕੱਟ ਦੇ
ਟਨਲ 7 to 8 ਕਿਲੋਮੀਟਰ ਦੇ ਕਰੀਬ ਜਿਹੜੀ ਉਹ ਲੰਬੀ ਹੈ, ਬਣੀ ਬਹੁਤ ਵਧੀਆ ਹੋਈ ਹੈ। ਅਤੇ ਕਿਉਂਕਿ ਨੈਵੀਗੇਸ਼ਨ ਅਸੀਂ ਲਾ ਕੇ ਚੱਲ ਰਹੇ ਹਾਂ, ਇਸ ਕਰਕੇ ਪਤਾ ਲੱਗ ਰਿਹਾ ਵੀ ਅੱਗੇ ਹੁਣ ਆਹ ਦੇਖੋ ਵੀ ਇੱਥੋਂ, ਕਿਉਂਕਿ ਬਿਲਕੁਲ ਸਿੱਧੀ ਸੀ, ਹੁਣ ਮੋੜ ਆਇਆ, ਹੁਣ ਖਤਮ ਹੋਣ ਲੱਗੀ ਹੈ। ਇਸ ਕਰਕੇ ਦੁਬਾਰਾ ਵੀਡੀਓ ਚਾਲੂ ਕੀਤੀ ਵੀ ਇਹਦਾ ਐਗਜ਼ਿਟ ਪੁਆਇੰਟ ਇਸ ਪਾਸਿਓਂ ਜਿਹੜਾ ਉਹ ਦਿਖਾ ਦਿੱਤਾ ਜਾਏ ਤੁਹਾਨੂੰ। ਇਹ ਪਤਨੀ ਟੋਪ ਵਾਲਾ ਜਿਹੜਾ 30-35 ਕਿਲੋਮੀਟਰ ਦਾ ਏਰੀਆ ਹੈ ਨਾ, ਉਹਨੂੰ ਘੱਟ ਕਰਤਾ ਇਹਨੇ, ਮਤਲਬ 7-8 ਕਿਲੋਮੀਟਰ ਦੇ ਵਿੱਚ ਹੀ ਤੁਸੀਂ ਉਹ 35 ਕਿਲੋਮੀਟਰ ਦਾ ਏਰੀਆ ਜਿਹੜਾ ਉਹ ਖਤਮ ਕਰ ਲਿਆ ਤੁਸੀਂ। ਹੁਣ ਅਸੀਂ ਟਨਲ ਤੋਂ ਬਾਹਰ ਆ ਗਏ ਹਾਂ ਅਤੇ ਇੱਧਰ ਵਾਲਾ ਮੌਸਮ ਜਿਹੜਾ ਉਹ ਕਾਫੀ ਚੇਂਜ ਹੋ ਗਿਆ, ਇੱਕੋ ਦਮ ਹੀ ਕਾਫੀ ਜ਼ਿਆਦਾ ਸਫ਼ਰ ਕਰਕੇ ਆ ਗਏ ਅਤੇ ਪੂਰਾ ਚੇਂਜ ਹੋ ਗਿਆ ਮੌਸਮ। ਇੱਕ ਹੋਰ ਟਨਲ ਜਿਹੜੀ ਆਈ ਹੈ, ਵੈਸੇ ਜਿਸ ਤਰ੍ਹਾਂ ਪਹਿਲੀ ਟਨਲ ਆਈ ਸੀ ਉਹ 6-7 ਕਿਲੋਮੀਟਰ ਲੰਬੀ ਸੀ, ਉਹ ਵੀ ਉਹ ਵਨ ਵੇ ਸੀਗੀ, ਇੱਕ ਹੀ ਟਨਲ ਸੀ ਅਪ ਡਾਊਨ ਵਾਸਤੇ। ਇਹ ਦੋ ਟਨਲ ਨੇ, ਦੋਨੋਂ ਅਲੱਗ ਅਲੱਗ ਨਾਲ ਨਾਲ ਬਣੀਆਂ ਹੈ, ਇਹ ਇੱਕ ਪਾਸੇ ਜਾਣ ਲਈ, ਦੂਸਰੀ ਜਿਹੜੀ ਉਹ ਦੂਜੇ ਪਾਸੇ ਆਉਣ ਲਈ। ਇਹ ਵੀ ਲਗਭਗ 7-8 ਕਿਲੋਮੀਟਰ ਲੰਬੀ ਹੈ, ਦੇਖਦੇ ਹਾਂ 482 'ਤੇ ਸਟਾਰਟ ਹੋਈ ਸੀ 482 'ਤੇ, ਅਤੇ ਕਿੰਨੇ ਕਿਲੋਮੀਟਰ ਤੱਕ ਜਾਂਦੀ ਹੈ ਦੇਖਦੇ ਹਾਂ ਆਪਾਂ ਨਾਲ ਨਾਲ। ਇਹ ਟਨਲ 82 ਤੋਂ ਮੈਂ ਸ਼ੁਰੂ ਕੀਤੀ ਸੀ ਅਤੇ 8 ਕੁਛ ਆਪਾਂ ਕਹਿ ਸਕਦੇ ਹਾਂ ਕਿ 8 to 8.5 ਕਿਲੋਮੀਟਰ ਲੰਬੀ ਇਹ ਟਨਲ ਹੈ। ਬਹੁਤ ਸਮੂਥ ਗੱਡੀ ਇਹਦੇ ਵਿੱਚ ਚੱਲੀ ਹੈ ਇਸ ਟਨਲ ਦੇ ਵਿੱਚ, ਤੁਹਾਨੂੰ ਐਂਟਰੀ ਵੀ ਦਿਖਾਈ ਅਤੇ ਹੁਣ ਇਸੇ ਟਨਲ ਦੇ ਐਗਜ਼ਿਟ 'ਤੇ ਹਾਂ। ਅਸੀਂ ਅਟਲ ਟਨਲ ਦੀ ਗੱਲ ਕਰਦੇ ਹਾਂ ਅਤੇ ਪਤਾ ਨਹੀਂ ਕਿੰਨੀਆਂ ਕੁ ਅਟਲ ਟਨਲ ਜਿਹੜੀਆਂ ਉਹ ਬਣਾ ਦਿੱਤੀਆਂ ਗਈਆਂ ਇੱਥੇ। ਹਾਂਜੀ, ਜਿਵੇਂ ਪਤਾ ਤੁਹਾਨੂੰ ਕਿ ਟਨਲ ਦੇ ਵਿੱਚ ਦੀ ਨਿਕਲੇ ਸੀ, ਪਰ ਜਦੋਂ ਟਨਲ ਦੂਸਰੇ ਪਾਸੇ ਗਏ ਤਾਂ ਉਹਨਾਂ ਨੇ ਵਾਪਸ ਮੋੜ ਦਿੱਤਾ। ਆਰਮੀ ਖੜ੍ਹੀ ਸੀ ਅੱਗੇ, ਕਹਿੰਦੇ ਕਿ ਅਮਰਨਾਥ ਯਾਤਰਾ ਦੇ ਕਰਕੇ 4 ਵਜੇ ਤੋਂ ਬਾਅਦ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਹੈ, ਅਤੇ ਅਸੀਂ ਫਿਰ ਇੱਥੇ ਬਨਿਹਾਲ ਹੀ ਰੁਕੇ ਹਾਂ ਅਤੇ ਹੋਟਲ ਲਿਆ। ਇੱਥੇ ਇੱਕ ਗੈਸਟ ਹਾਊਸ ਟਾਈਪ ਹੀ ਹੈ, ਹੋਟਲ ਤਾਂ ਨਹੀਂ ਹੈ, ਪਰ ਰਾਤ ਕੱਟਣ ਲਈ ਠੀਕ ਹੈ। ਜਾਮ ਬਹੁਤ ਲੰਬਾ ਲੱਗਾ ਹੋਇਆ, ਤੁਹਾਨੂੰ ਦਿਸ ਰਹੇ ਹੋਣਗੇ ਟਰੱਕ ਪਿੱਛੇ। ਅਤੇ ਕੱਲ੍ਹ ਨੂੰ ਸਵੇਰੇ ਫਿਰ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ, ਇੱਕ ਤਾਂ ਗੁਰਦੁਆਰਾ ਮਟਨ ਸਾਹਿਬ, ਗੁਰੂ ਨਾਨਕ ਸਾਹਿਬ ਜੀ ਨਾਲ ਰਿਲੇਟਡ ਹੈ, ਬੜੇ ਕਮਾਲ ਦਾ ਇਤਿਹਾਸ ਹੈ, ਕੁਝ ਪਾਵਨ ਸਰੂਪ ਹੱਥ ਲਿਖਤ ਵੀ ਉੱਥੇ ਪਏ ਨੇ, ਉਹਦੇ ਵੀ ਦਰਸ਼ਨ ਕਰਾਂਗੇ ਅਤੇ ਫਿਰ ਅੱਗੇ ਕਸ਼ਮੀਰ ਨੂੰ ਚੱਲਾਂਗੇ ਕੱਲ੍ਹ ਵਾਲੇ ਵਲੋਗ ਵਿੱਚ। ਸਤਿ ਸ਼੍ਰੀ ਅਕਾਲ।